ਜਿਹੜੇ ਆਟੋਮੈਟਿਡ ਟੈਸਟ ਡਰਾਈਵ ਸੈਂਟਰ ਕਿਸ ਤਰ੍ਹਾਂ ਚੱਲਣਗੇ ਪੂਰੀ ਪ੍ਰਕਿਰਿਆ ਤੁਹਾਨੂੰ ਦੱਸੀ ਹੈ ਔਰ ਉੱਧਰ ਦੱਸ ਦਈਏ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਦੇ ਵਿੱਚ ਆਟੋਮੈਟਿਡ ਟੈਸਟ ਡਰਾਈਵ ਦਾ ਉਦਘਾਟਨ ਕੀਤਾ ਅਤੇ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਉਹਨਾਂ ਖੁਦ ਇੱਕ ਐਪਲੀਕੇਸ਼ਨ ਭਰ ਕੇ ਮੈਡੀਕਲ ਕਰਵਾਇਆ ਅਤੇ ਟੈਸਟ ਡਰਾਈਵ ਕਰਦੇ ਲਾਇਸੈਂਸ ਪ੍ਰਕਿਰਿਆ ਨੂੰ ਮੁਕੰਮਲ ਕਰਦੇ ਇਸ ਪੂਰੀ ਪ੍ਰਕਿਰਿਆ ਨੂੰ ਦਿਖਾਇਆ ਪਰ ਇਸ ਮੌਕੇ ਨੂੰ ਵੀ ਨਾ ਗਵਾਉਂਦੇ ਹੋਏ ਵਿਕਰਮ ਮਜੀਠੀਆ ਨੇ ਕੇਜਰੀਵਾਲ ਤੇ ਵਰਨਾ ਸ਼ੁਰੂ ਕਰ ਦਿੱਤਾ ਅਤੇ ਨਿਸ਼ਾਨਾ ਸਾਧਿਆ ਕੇਜਰੀਵਾਲ ਦੀ ਔਡ ਈਵਨ ਫਾਰਮੂਲੇ ਤੇ ਅਤੇ ਦੱਸਿਆ ਕੇਜਰੀਵਾਲ ਨੂੰ ਬਲਫ ਮਾਸਟਰ ਆਪਣੇ ਫੋਰ ਸੇਫਰ ਡਰਾਈਵਰਸ ਔਨ ਦ ਰੋਡ ਕਿਉਂਕਿ ਜਦ ਵੀ ਕੋਈ ਐਕਸੀਡੈਂਟ ਵਾਪਰਦਾ ਹੈ ਅ ਪ੍ਰੈਸ਼ੀਅਸ ਲਾਈਫ ਇਜ਼ ਲੋਸਟ ਕਿਸੇ ਦੇ ਮਾਪੇ ਕਿਸੇ ਦੇ ਧੀ ਪੁੱਤ ਜਿਹੜੇ ਉਹਨਾਂ ਦੇ ਦਿਲ ਦੇ ਬੜੇ ਕਰੀਬੀ ਹੁੰਦੇ ਆ ਜਿੱਥੇ ਉਹਨਾਂ ਦਾ ਨੁਕਸਾਨ ਹੁੰਦਾ ਉੱਥੇ ਸੜਕ ਹਾਦਸੇ ਦੇ ਕਰਕੇ ਬਹੁਤ ਵੱਡੇ ਦੁੱਖ ਦਾ ਜਿਹੜਾ ਮਾਹੌਲ ਪੈਦਾ ਹੁੰਦਾ ਮੈਂ ਸਮਝਦਾ ਟੂਡੇਜ਼ ਆਟੋਮੇਟਿਡ ਸਿਸਟਮ ਡਰਾਈਵਿੰਗ ਟੈਸਟ ਸਿਸਟਮ ਜੋ ਪੰਜਾਬ ਇਜ਼ ਦਾ ਫਸਟ ਸਟੇਟ ਜਿੱਥੇ 22 ਦੇ 22 ਜ਼ਿਲ੍ਹਿਆਂ 'ਚ ਇੰਟਰੋਡਿਊਸ ਕੀਤਾ ਗਿਆ ਇਹਦੇ ਨਾਲ ਸੇਫਰ ਡਰਾਈਵਰਸ ਬੈਟਰ ਡਰਾਈਵਰਸ ਜਿਨ੍ਹਾਂ ਨੂੰ ਰੋਡ ਐਥਿਕਸ ਰੋਡ ਦੀ ਜਿਹੜੀ ਡਿਸਿਪਲਿਨਸ ਨੇ ਕਿ ਕਿਵੇਂ ਗੱਡੀ ਚਲਾਈ ਦੀ ਹੈ ਕੀ ਰਾਈਟ ਆਫ ਵੇ ਹੈ ਕਿੱਥੇ ਗੱਡੀ ਲਾਈ ਦੀ ਹੈ ਸਾਰਾ ਕੁਛ ਸਿਖਾ ਕੇ ਐਂਡ ਮੈਂ ਸਮਝਦਾ ਜਦੋਂ ਸੜਕ 'ਤੇ ਚੱਲਣਗੇ ਵੀ ਵਿਲ ਹੈਵ ਅ ਸੇਫਰ ਪੰਜਾਬ ਅ ਬੈਟਰ ਪੰਜਾਬ ਕੇਜਰੀਵਾਲ ਸਾਹਿਬ ਇੱਕ ਬਲਫ ਮਾਸਟਰ ਇੱਕ ਮੈਂ ਤਾਂ ਅੱਗੇ ਕਿਹਾ ਕਿ ਉਹ ਨਟਵਰ ਲਾਲ ਹੈ ਕੇਜਰੀਵਾਲ ਤਾਂ ਕਾਹਦਾ ਅਤੇ ਮੈਂ ਉਹਨਾਂ ਦਾ ਕੰਪੈਰੀਜ਼ਨ ਇੱਕ ਬਹੁਤ ਵੱਡਾ ਇੱਥੇ ਹੋਇਆ ਸੀ ਚਾਲ ਸੋਬਰਾਜ ਉਹਦੇ ਨਾਲ ਮਜਬੂਰਨ ਕਰਨਾ ਪਿਆ ਇਹ ਨਹੀਂ ਕਿ ਮੈਂ ਤਸੱਲੀ ਮੈਨੂੰ ਕੋਈ ਖੁਸ਼ੀ ਹੁੰਦੀ ਹੈ ਮਗਰ ਜਦੋਂ ਹੱਥ ਦੀ ਸਫਾਈ ਦੀ ਗੱਲ ਹੁੰਦੀ ਹੈ ਤਾਂ ਮੈਂ ਵੇਖਿਆ ਉਹੀ ਕੰਮ ਹੀ ਕਰਦੇ ਆ ਇੱਥੋਂ ਆ ਕੇ ਬਿਆਨ ਕੁਛ ਦੇਣਾ ਦਿੱਲੀ ਜਾ ਕੇ ਬਿਆਨ ਕੁਛ ਦੇਣਾ ਫਿਰ ਖੈ ਦੇਣ ਸੁਪਰੀਮ ਕੋਰਟ 'ਚ ਕੋਈ ਵਕੀਲ ਆਪਦੀ ਮਰਜ਼ੀ ਨਾਲ ਪੇਸ਼ ਹੋ ਕੇ ਨਹੀਂ ਉੱਥੇ ਗੱਲਾਂ ਕਰ ਸਕਦਾ ਬਿਕੋਜ਼ ਇਟਸ ਅ ਮੈਟਰ ਆਫ ਇੰਟਰ ਸਟੇਟ ਇਸ਼ੂਜ਼ ਇੰਟਰ ਸਟੇਟ ਇਸ਼ੂਜ਼ 'ਚ ਉਸੇ ਸਟੇਟ ਦਾ ਵਕੀਲ ਆਪਦੀ ਗੱਲ ਤਾਂ ਰੱਖ ਸਕਦਾ ਮਗਰ ਕੋਈ ਚੌਥਾ ਪੰਜਵਾਂ ਬੰਦਾ ਜਾ ਕੇ ਆਪਦੀ ਗੱਲ ਨਹੀਂ ਰੱਖ ਸਕਦਾ ਅਤੇ ਜੋ ਮੈਂਡੇਟ ਜੇ ਸਟੇਟ ਨੇ ਹਰਿਆਣੇ ਦੇ ਵਕੀਲ ਨੇ ਕਿਉਂ ਨਹੀਂ ਕੁਛ ਹੋਰ ਦੇ ਦਿੱਤਾ ਜੀ ਆਪਦੇ ਵਕੀਲ ਨੇ ਕਿਉਂ ਨਹੀਂ ਕੋਈ ਹੋਰ ਸਟੈਂਡ ਲੈ ਦਿੱਤਾ ਜੋ ਸਟੈਂਡ ਕੇਜਰੀਵਾਲ ਸਾਹਿਬ ਨੇ ਕਿਹਾ ਉਸ ਵਕੀਲ ਨੂੰ ਉਹਨੇ ਉਹ ਸਟੈਂਡ ਲਿਆ ਐਨ ਉਹ ਉਸ ਗੱਲ 'ਤੇ ਰਿਕਾਰਡ 'ਤੇ ਹੈ ਸੋ ਜੋ ਇਹ ਬਲਫ ਕਰਨਾ ਲੋਕਾਂ ਨੂੰ ਧੋਖਾ ਦੇਣਾ ਲੋਕਾਂ ਦਾ ਉੱਲੂ ਬਣਾਉਣ ਦੀ ਕੋਸ਼ਿਸ਼ ਕਰਨੀ ਜਿਹੜੀ ਪੋਲੀਟਿਕਸ ਕੇਜਰੀਵਾਲ ਸਾਹਿਬ ਕਰ ਰਹੇ ਆ ਇਹਨੂੰ ਮੈਂ ਕੰਡੈਮ ਕਰਦਾ ਅਤੇ ਮੈਂ ਬੇਨਤੀ ਕਰਦਾ ਕਿ ਲੋਕਾਂ ਦੇ ਰੋਜ਼ੀ ਰੋਟੀ ਨਾਲ ਲੋਕਾਂ ਦੀਆਂ ਜਿਹਦੇ ਨਾਲ ਪੰਜਾਬ ਦੀ ਪਾਣੀ ਅੱਜ ਸੋਖਾ ਹਰ ਸੂਬੇ ਦਾ ਮੁੱਦਾ ਬਣਦਾ ਜਾ ਰਿਹਾ ਪੰਜਾਬ ਇਹਨਾਂ ਹਾਲਾਤਾਂ ਨਾਲ ਤੁਸੀਂ ਪਾਣੀ ਦੇ ਮੁੱਦਿਆਂ ਨਾਲ ਪੰਜਾਬੀਆਂ ਨਾਲ ਖਿਲਵਾੜ ਕਰੋਗੇ ਤੁਹਾਨੂੰ ਕੋਈ ਰੱਬ ਵੀ ਨਹੀਂ ਬਖਸ਼ੂਗਾ ਲੋਕੀ ਦਾ ਕੀ ਰੱਬ ਵੀ ਨਹੀਂ ਬਖਸ਼ੂਗਾ।